ਨੌਜਵਾਨ ਐਮ ਐਲ ਏ ਨਾਭਾ ਉਹਨਾਂ ਦੇ ਹਿੱਸੇ ਆਈ ਆ ਸਾਡੀ ਟੀਮ ਸਾਰੀ ਆਮ ਆਦਮੀ ਪਾਰਟੀ ਟੀਮ ਜਿਹੜੀ ਖੜ੍ਹੀ ਹੈ ਜੀ ਇੱਥੇ ਸੇਵਾ 'ਚ ਲਗਾਤਾਰ ਪਿਛਲੇ ਅਸੀਂ 4-5 ਦਿਨ ਤੋਂ ਇੱਥੇ ਖੜ੍ਹੇ ਹਾਂ ਜੀ ਅਤੇ ਇੱਥੋਂ ਹੀ ਕੰਮ ਚੱਲ ਰਿਹਾ ਸਾਰਾ ਇੱਥੇ ਇੰਨੇ ਕੁ ਜ਼ਿਆਦਾ ਮਤਲਬ ਦਰੱਖਤਾਂ ਨੇ ਬੂਟੀਆਂ ਨੇ ਹੋਰ ਬਹੁਤ ਸਾਰਾ ਜਿਹੜਾ ਘਾਹ ਫੂਸ ਇੱਥੇ ਝਾੜੀਆਂ ਨੇ ਬੁਰਾ ਹਾਲ ਕਰਿਆ ਪਿਆ ਸੀਗਾ ਤੁਸੀਂ ਹੁਣ ਉੱਥੋਂ ਖੜ੍ਹ ਕੇ ਫੋਟੋ ਖਿੱਚੋ ਬਿਲਕੁਲ ਜਿਹੜੀ ਇਹ ਸੀਨ ਆ ਇਹਦੀ ਬਿਲਕੁਲ ਫੋਟੋ ਵਧੀਆ ਆਏਗੀ ਸ਼ਾਨਦਾਰ ਆਏਗੀ ਅਤੇ ਤੁਸੀਂ ਦੇਖੋਗੇ 2-4 ਦਿਨ ਬਾਅਦ ਇੱਥੇ ਲੋਕ ਸੈਲਫੀਆਂ ਲੈਂਦੇ ਤੁਹਾਨੂੰ ਨਜ਼ਰ ਆਉਣਗੇ ਜਿਹੜੀ ਸਾਡੀ ਵਿਰਾਸਤ ਹੈ ਜਿੱਦਾਂ ਪਹਿਲਾਂ ਕਿਹਾ ਵੀ ਬਹੁਤ ਲੰਮਾ ਸਮਾਂ ਸਰਕਾਰਾਂ ਨੇ ਰਾਜ ਕੀਤਾ ਪਰ ਪਹਿਲੀ ਵਾਰੀ ਇਹ ਕੰਮ ਜਿਹੜਾ ਨਾਭੇ 'ਚ ਹੋ ਰਿਹਾ ਕਿਉਂਕਿ ਜਿਹੜੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਦੀ ਇਹ ਦੇਣ ਹੈ ਜਿਨ੍ਹਾਂ ਦੀ ਨਗਰੀ ਹੈ ਮਹਾਰਾਜਾ ਹੀਰਾ ਸਿੰਘ ਦਾ ਵਸਾਇਆ ਹੋਇਆ ਨਾਭਾ ਸ਼ਹਿਰ ਅਤੇ ਅੱਜ ਉਹਨਾਂ ਨੂੰ ਜਿਹੜਾ ਯਾਦ ਕੀਤਾ ਜਾ ਰਿਹਾ ਉਹਨਾਂ ਦਾ 179ਵਾਂ ਜਿਹੜਾ ਜਨਮ ਦਿਨ ਜਿਹੜਾ ਹੈ ਉਹ ਮਨਾਉਣ ਦੀ ਐਤਵਾਰ ਮਨਾਇਆ ਜਾਵੇਗਾ ਅਤੇ ਇੱਥੇ ਮਹਾਰਾਜ ਦੇ ਪ੍ਰਕਾਸ਼ ਹੋਣਗੇ ਜਿੱਥੇ ਇਸ ਜਗ੍ਹਾ ਦੇ ਉੱਪਰ ਅਤੇ ਕੀਰਤਨ ਹੋਊਗਾ ਜੀ ਅਤੇ ਕੀਰਤਨ ਵਾਲੇ ਜਿਹੜੇ ਬਹੁਤ ਵਧੀਆ ਜਿਹੜਾ ਜਥਾ ਕੀਤਾ ਗਿਆ ਜੀ ਮਾਨ ਸਾਹਿਬ ਵੱਲੋਂ ਉਹ ਵੀ ਬਹੁਤ ਕਲਾਸੀਕਲ ਦੇ ਮਾਹਰ ਨੇ ਅਤੇ ਭਾਵ ਕਿ ਵਧੀਆ ਇੱਥੇ ਸੁਣਨ ਨੂੰ ਲੋਕਾਂ ਨੂੰ ਮਿਲੂਗਾ ਅਤੇ ਬਾਕੀ ਜੋ ਵੀ ਹੈ ਮਹਾਰਾਜਾ ਹੀਰਾ ਸਿੰਘ ਦੀਆਂ ਉਹਨਾਂ ਦੀਆਂ ਜੋ ਦੇਣ ਹੈ ਨਾਭੇ ਨੂੰ ਉਹਦੇ ਬਾਰੇ ਵੀ ਜਾਗਰਤ ਸਭ ਨੂੰ ਕੀਤਾ ਜਾਊਗਾ ਅਤੇ ਇਹ ਸਾਡੀ ਲਗਾਤਾਰ ਟੀਮ ਚੱਲ ਰਹੀ ਹੈ ਜੀ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਲਾਈਟਾਂ ਲੋਕਾਂ ਦੇ ਇੱਥੋਂ ਲੱਗ ਰਹੀਆਂ ਨੇ ਜੀ ਬਹੁਤ ਸ਼ਾਨਦਾਰ ਤੁਸੀਂ ਇੱਥੇ ਹੁਣ ਹਨੇਰਾ ਹੋਣ ਦਿਓ ਤੁਹਾਨੂੰ ਜਗਮਗ ਕਰਦਾ ਜਿਹੜਾ ਇਹ ਪੁਆਇੰਟ ਜਿਹੜਾ ਇੱਥੋਂ ਲੋਕ ਨੰਗਦੇ ਜਿਹੜੇ ਡਰਦੇ ਸੀਗੇ ਵੀ ਕਿਤੇ ਮੇਰੇ ਨਾਲ ਲੁੱਟ ਖੋਹ ਨਾ ਹੋ ਜੇ ਅਤੇ ਹੁਣ ਇੱਥੇ ਮਤਲਬ ਲਾਈਟਾਂ ਲੁੱਟਾਂ ਪੂਰੀਆਂ ਲੱਗ ਜਾਣਗੀਆਂ ਅਤੇ ਕੋਈ ਵੀ ਰਾਤ ਵੀ ਸਿੱਖ ਰਹੇ ਸੀ ਲੋਕ ਇੱਥੇ ਖੜ ਖੜ ਕੇ ਸਾਡੇ ਕੋਲ ਗਏ ਅਤੇ ਸ਼ਾਬਾਸ਼ ਵੀ ਦੇ ਰਹੇ ਸੀ ਪ੍ਰਸ਼ੰਸਾ ਵੀ ਕਰ ਰਹੇ ਸੀ ਕਹਿੰਦੇ ਵੀ ਮਾਨ ਸਾਹਿਬ ਨੇ ਪਹਿਲੀ ਵਾਰੀ ਐਡਾ ਵੱਡਾ ਕਦਮ ਚੱਕਿਆ ਅਤੇ ਚਲੋ ਇਹ ਸੇਵਾ ਜੀ ਜਿਹੜੀ ਆ ਸਾਡੇ ਹਿੱਸੇ ਆਈ ਆ ਮਾਨ ਸਾਹਿਬ ਦੇ ਹਿੱਸੇ ਆਈ ਆ ਸਾਰੀ ਸਾਰੀ ਟੀਮ ਦੇ ਹਿੱਸੇ ਆਈ ਆ ਅਤੇ ਅਸੀਂ ਸੁਹਾਗੇ ਸਾਲੀ ਮੰਨਦੇ ਆਪਣੇ ਆਪ ਨੂੰ ਕਿ ਇਹ ਸੇਵਾ ਅਸੀਂ ਕਰਕੇ ਆਪਣੇ ਆਪ ਨੂੰ ਵਧੀਆ ਫੀਲ ਹੋ ਰਿਹਾ ਅਤੇ ਸਫਾਈ ਲਗਾਤਾਰ ਜਾਰੀ ਹੈ ਜੀ ਕੱਲ੍ਹ ਦੁਪਹਿਰ ਤੋਂ ਬਾਅਦ ਇਹ ਟੈਂਟ ਵਗੈਰਾ ਲੱਗਣੇ ਸ਼ੁਰੂ ਹੋ ਜਾਣਗੇ ਜੀ ਅਤੇ ਗੇਟ ਵਗੈਰਾ ਵਧੀਆ ਲੰਗਰ ਚੱਲੂਗਾ ਜੀ ਕੋਸ਼ਿਸ਼ ਲਗਾਤਾਰ ਸਾਡੀ ਸਾਰੀ ਟੀਮ ਕਰ ਰਹੀ ਹੈ ਜੀ ਅਤੇ ਦੇਖਦੇ ਹਾਂ ਹੁਣ ਕਿੱਦਾਂ ਕੁ ਵਧੀਆ ਬਾਕੀ ਨਾਭੇ ਨੂੰ ਵੀ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਨਾਭਾ ਕੀ ਜਿਹੜਾ ਜਿਹੜਾ ਵੀ ਜਿੱਥੋਂ ਵੀ ਆ ਸਕਦਾ ਸਾਰੀ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਪਹਿਲੀ ਵਾਰੀ ਜਿਹੜਾ ਸਮਾਗਮ ਜਿਹੜਾ ਮਹਾਰਾਜਾ ਹੀਰਾ ਸਿੰਘ ਦੇ ਜਨਮ ਦਿਨ ਨੂੰ ਲੈ ਕੇ ਹੋ ਰਿਹਾ ਉਹਦੇ ਵਿੱਚ ਤੁਸੀਂ ਸ਼ਾਮਿਲ ਹੋ ਇੱਥੇ ਪ੍ਰਸ਼ਾਸਨ ਵੀ ਆਊਗਾ ਹੋਰ ਵੀ ਮੰਤਰੀ ਸਾਹਿਬਾਨ ਵੀ ਆਣਗੇ MLA ਸਾਹਿਬਾਨ ਵੀ ਆਣਗੇ ਅਤੇ ਸਾਰਾ ਪ੍ਰਸ਼ਾਸਨ ਵੀ ਆਊਗਾ ਅਤੇ ਸਭ ਨੂੰ ਅਸੀਂ ਬੇਨਤੀ ਕਰਦੇ ਹਾਂ ਇਹਦੇ ਵਿੱਚ ਸ਼ਾਮਿਲ ਹੋ ਕੇ ਤੁਸੀਂ ਇਹਦਾ ਵੀ ਆਨੰਦ ਲਓ ਅਤੇ ਇੱਕ ਬਹੁਤ ਵੱਡੀ ਜਿਹੜੀ ਆ ਪ੍ਰੋਗਰਾਮ ਹੋਣ ਜਾ ਰਿਹਾ ਕਿ ਮਹਾਰਾਜਾ ਹੀਰਾ ਸਿੰਘ ਦਾ ਹੀਰਾ ਸਿੰਘ ਜੀ ਦਾ ਜਨਮ ਦਿਨ ਜਿਹੜਾ ਪਹਿਲੀ ਵਾਰੀ ਮਨਾਇਆ ਜਾ ਰਿਹਾ ਉਸ ਦਾ ਪਹਿਲਾਂ ਮੈਨੂੰ ਤਾਂ ਨੋਟਿਸ ਵਿੱਚ ਹੈ ਨਹੀਂ ਸਾਰੇ ਕਹਿੰਦੇ ਨੇ ਵੀ ਮਨਾਇਆ ਨਹੀਂ ਕਦੇ ਅਤੇ ਇਹ ਇਸ ਬਿਲਡਿੰਗ ਦੀ ਇੰਨੀ ਖਸਤਾ ਹਾਲਤ ਸੀਗੀ ਹੁਣ ਥੋੜ੍ਹਾ ਜਿਹਾ ਚਲੋ ਕੋਸ਼ਿਸ਼ ਕਰਨ ਦੇ ਨਾਲ ਇਹ ਦੇਖਣ ਲੱਗ ਗਈ ਹੈ ਮੈਂ ਆਪਣੇ ਆਪ ਨੂੰ ਭਾਗਸ਼ਾਲੀ ਮੰਨਦਾ ਜੀ ਸਾਡੀ ਸਾਰੀ ਟੀਮ ਲਗਾਤਾਰ ਕੰਮ ਕਰ ਰਹੀ ਹੈ ਹੁਣ ਵੀ ਲਗਾਤਾਰ ਲੱਗੀ ਪਈ ਆ ਅਤੇ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ ਮਾਨ ਸਾਹਿਬ ਨੇ ਅਸੀਂ ਵੀ ਇਹਦੀ ਸ਼ਲਾਘਾ ਕਰਦੇ ਹਾਂ ਜੀ ਅਤੇ ਸਰ ਇਹ ਆਈਡੀਆ ਕਿੱਥੋਂ ਆਇਆ ਤੁਹਾਨੂੰ ਮੈਨੂੰ ਤਾਂ ਨਹੀਂ ਲੱਗਿਆ ਕਿਸੇ ਨੇ ਜਨਮ ਦਿਨ ਨਹੀਂ ਮਨਾਇਆ ਨਾਭਾ ਫਾਊਂਡੇਸ਼ਨ ਵਾਲਿਆਂ ਨੇ ਕੁਝ ਸਾਲ ਪਹਿਲਾਂ ਕਾਫੀ ਸਾਲ ਪਹਿਲਾਂ ਇੱਕ ਮੇਲਾ ਜ਼ਰੂਰ ਕਰਾਇਆ ਗਿਆ ਪਰ ਹੋਰ ਮਹਾਰਾਜਾ ਦੇ ਯਾਦ ਦੇ ਵਿੱਚ ਕੁਝ ਨਹੀਂ ਕਰਾਇਆ ਗਿਆ ਇਹ ਕਿੱਥੋਂ ਤੁਹਾਨੂੰ ਪਤਾ ਦੇਖੋ ਜੀ ਸਾਡੇ ਮਾਨ ਸਾਹਿਬ ਜਿਹੜੇ ਸਾਡੇ MLA ਸਤਿਕਾਰਯੋਗ MLA ਦੇਵ ਮਾਨ ਜੀ ਉਹਨਾਂ ਦਾ ਆਈਡੀਆ ਸੀਗਾ ਆਈਡੀਆ ਕਿ ਜਿਹੜੇ ਇਹ ਤਾਂ ਉਹਨਾਂ ਦੇ ਸ਼ੁਰੂ ਤੋਂ ਹੀ ਲਗਾਤਾਰ ਜਿਹੜੀ ਲੜਾਈ ਲੜਦੇ ਆ ਰਹੇ ਨਾਭੇ ਲਈ ਅਤੇ ਉਹ ਮਹਾਰਾਜਾ ਹੀਰਾ ਸਿੰਘ ਜੀ ਮਹਾਰਾਜਾ ਰਿਪੂ ਦਮਨ ਸਿੰਘ ਜੀ ਦਾ ਨਾਂ ਪਹਿਲੇ ਆਧਾਰ 'ਤੇ ਲੈਂਦੇ ਨੇ ਵੀ ਉਹਨਾਂ ਦੀ ਨਗਰੀ ਹੈ ਹੁਣ ਜਦੋਂ ਸੱਤਾ 'ਚ ਆਏ ਨੇ ਤਾਂ ਇਹ ਪਹਿਲ ਦੇ ਆਧਾਰ 'ਤੇ ਜਿਹੜਾ ਕੰਮ ਹੋ ਰਿਹਾ ਜੀ ਕਿਉਂਕਿ ਸਾਡੇ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਨਗਰੀ ਨੂੰ ਵਸਾਇਆ ਉਹ ਤਾਂ ਦੇਖੋ ਜੀ ਬਣਦਾ ਉਹ ਤਾਂ ਸਤਿਕਾਰ ਉਹਨਾਂ ਦਾ ਬਣਦਾ ਕਿਉਂਕਿ ਉਹਨਾਂ ਦੇ ਆਸ਼ੀਰਵਾਦ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ ਚਾਹੇ ਕੁਛ ਜਿੱਡੇ ਮਰਜ਼ੀ ਅਸੀਂ ਬਣੇ ਫਿਰੀ ਜਾਈਏ ਪਰ ਜੇਕਰ ਉਹਨਾਂ ਦਾ ਆਸ਼ੀਰਵਾਦ ਨਹੀਂ ਹੈ ਜੇਕਰ ਬੱਚੇ ਦੇ ਸਿਰ 'ਤੇ ਮਾਂ ਬਾਪ ਦਾ ਆਸ਼ੀਰਵਾਦ ਨਹੀਂ ਹੈ ਤਾਂ ਮੈਂ ਨਹੀਂ ਸਮਝਦਾ ਉਹ ਬੱਚਾ ਬਹੁਤ ਵਧੀਆ ਹੈਗਾ ਇਸ ਕਰਕੇ ਕੋਸ਼ਿਸ਼ ਲਗਾਤਾਰ ਕਰ ਰਹੇ ਨੇ ਸਾਡੇ ਮਾਨ ਸਾਹਿਬ ਉਹਨਾਂ ਦਾ ਹੀ ਆਈਡੀਆ ਜੀ ਇਹ ਸਾਰੀ ਸੰਗਤ ਨੂੰ ਨਾਭੇ ਨੂੰ ਬੜਾ ਪਸੰਦ ਆ ਰਿਹਾ ਜੀ ਅਤੇ ਸਾਰੇ ਰੁਕ ਰੁਕ ਕੇ ਸਾਨੂੰ ਕਹਿੰਦੇ ਨੇ ਬਹੁਤ ਬਹੁਤ ਮੁਬਾਰਕ ਅਸੀਂ ਧੰਨਵਾਦ ਕਰਦੇ ਹਾਂ ਸਾਡੇ MLA ਸਾਹਿਬ ਦਾ ਜਿਨ੍ਹਾਂ ਦੀ ਐਡੀ ਵੱਡੀ ਸੋਚ ਕਿਉਂਕਿ ਜਿਹੜੇ ਸਾਡੇ ਮਹਾਰਾਜੇ ਰਾਜਿਆਂ ਨੇ ਸ਼ਹਿਰ ਵਸਾਇਆ ਜਿਹੜੇ ਇੱਥੇ ਬਹਿ ਕੇ ਲੋਕਾਂ ਦਾ ਨਿਆਂ ਕਰਦੇ ਸਨ ਸਰਕਾਰਾਂ ਇੱਥੋਂ ਕਈ ਹੋ ਕੇ ਚਲੇ ਗਈਆਂ ਕਈ ਇੱਥੋਂ ਹੋ ਕੇ ਮੰਤਰੀ ਚਲੇ ਗਏ ਪਰ ਜਿਹੜੇ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਾਣੇ ਰਾਜਿਆਂ ਨੇ ਸ਼ਹਿਰ ਵਸਾਏ ਉਹਨਾਂ ਨੂੰ ਕਿਸੇ ਨੇ ਯਾਦ ਨਹੀਂ ਕੀਤਾ ਸੋ ਅਸੀਂ ਦਿਲ ਦੇ ਗਹਿਰਾਈਆਂ ਤੋਂ ਸਾਡੇ MLA ਸਾਹਿਬ ਦਾ ਅਤੇ ਸਾਡੀ ਸਾਰੀ ਟੀਮ ਦਾ ਅਤੇ ਜਿਹੜੇ ਮਹਾਰਾਜਾ ਹੀਰਾ ਸਿੰਘ ਦਾ ਪਰਿਵਾਰ ਹੈ ਉਹਨਾਂ ਦਾ ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਸੀ ਐਤਵਾਰ ਵਾਲੇ ਦਿਨ ਮਹਾਰਾਜਾ ਹੀਰਾ ਸਿੰਘ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਕਿਉਂਕਿ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਉਪਰੰਤ ਕੀਰਤਨ ਸਜਾਏ ਜਾਣਗੇ ਅਤੇ ਉਸ ਤੋਂ ਬਾਅਦ ਸਾਰੀ ਦਿਹਾੜੀ ਗੁਰੂ ਕੇ ਲੰਗਰ ਚੱਲਣਗੇ ਔਰ ਇਹ ਜਿਹੜਾ
सुभागा समा सानू पहली बार वेखन मिलिया सी। धन्यवाद करदे हां साडे एमएलए साहब। आपके पूरे परिवार के लिए सेहत का खजाना लाया है आपका अपना लोकल ब्रांड GSSL। बच्चों से लेकर बुजुर्गों तक सबके लिए इम्यूनिटी से भरपूर जी हर्ब्स आयुर्वेदिक प्रोडक्ट्स रेंज, जैसे जी शार्प मेमोरी सिरप, हेल्थ बूस्टर, नोनी जूस और भी बहुत कुछ। स्वस्थ उज्जवल भविष्य। फॉर इंक्वायरी कॉल 9815161028।